ਤੇ ਉਧਰ ਭਾਰਤੀ ਜਨਤਾ ਪਾਰਟੀ ਵੱਲੋਂ 3 ਜਨਵਰੀ ਨੂੰ ਗੁਰਦਾਸਪੁਰ ਵਿਖੇ ਕੀਤੀ ਜਾ ਰਹੀ ਰੈਲੀ ਨੂੰ ਲੈ ਕੇ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਨੇ। ਵਿਧਾਨ ਸਭਾ ਹਲਕਾ ਮੌੜ ਮੰਡੀ ਵਿਖੇ ਰੈਲੀ ਨੂੰ ਲੈ ਕੇ ਮੀਟਿੰਗ ਕੀਤੀ ਗਈ, ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਸਮੇਤ ਭਾਜਪਾ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਰੈਲੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਜ਼ਿਲ੍ਹਾ ਆਗੂਆਂ ਨੇ ਆਖਿਆ ਕਿ ਰੈਲੀ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਬਠਿੰਡਾ ਤੋਂ ਵਰਕਰ ਅਤੇ ਆਗੂ ਰੈਲੀ ਵਿੱਚ ਸ਼ਮੂਲੀਅਤ ਕਰਨਗੇ। ਅੱਜ ਅਸੀਂ ਭਾਰਤੀ ਜਨਤਾ ਪਾਰਟੀ ਬਠਿੰਡਾ ਦਿਹਾਤੀ ਦੀ ਮੀਟਿੰਗ ਕੀਤੀ ਹੈ। ਜਿਹੜਾ ਮੀਟਿੰਗ ਦਾ ਸਾਡਾ ਵਿਸ਼ਾ ਅੱਜ 3 ਤਰੀਕ ਦਾ 3 ਜਨਵਰੀ ਦਾ ਮੋਦੀ ਜੀ ਗੁਰਦਾਸਪੁਰ ਰੈਲੀ ਜਾ ਰਹੇ ਆ, ਉੱਥੇ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਵੱਧ ਤੋਂ ਵੱਧ ਬੱਸਾਂ ਲੈ ਕੇ ਜਾਣਗੀਆਂ, ਜਿਹੜੀਆਂ ਸਾਡੇ ਜ਼ਿਲ੍ਹੇ ਨੂੰ 20 ਬੱਸਾਂ ਲਾਈਆਂ, ਅਸੀਂ 20 ਦੀਆਂ 20 ਅੱਜ ਲੈ ਕੇ ਜਾਵਾਂਗੇ ਰੈਲੀ 'ਚ। ਸਾਡੇ ਅੱਜ ਜ਼ਿਲ੍ਹੇ ਪੰਜਾਬ ਦੇ ਜਨਰਲ ਸੈਕਟਰੀ ਪਹੁੰਚੇ ਸੀ ਦਿਆਲ ਸੋਢੀ ਜੀ, ਅਤੇ ਉਹਨਾਂ ਦੇ ਨਾਲ ਜੀਵਨ ਗਰਗ ਜੀ ਸੰਗਠਨ ਮੰਤਰੀ, ਅਸੀਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਵੀ 20 ਦੀਆਂ 20 ਬੱਸਾਂ ਮੰਡਲਾਂ ਵਿੱਚ ਅਸੀਂ ਲਿਖਤ ਕਰਕੇ ਦੇ ਦਿੱਤੀ ਹੈ, ਮੋਰਚਾ ਨੂੰ ਲਾਤੀਆਂ ਵੱਖੋ ਵੱਖਰੀਆਂ, ਅਤੇ 20 ਬੱਸਾਂ ਅਸੀਂ ਪੂਰੀਆਂ ਭਰ ਕੇ ਵੱਡੀਆਂ ਬੱਸਾਂ ਲੈ ਕੇ ਜਾਂਦੇ।